ਜੀ, ਮੈਨੂੰ 6 ਜੁਲਾਈ ਨੂੰ ਮੈਨੂੰ ਰਾਤ 11:30 ਫੋਨ ਆਇਆ ਕਨੇਡਾ ਵੀ ਤੁਹਾਡੇ ਬ੍ਰਦਰ ਪੂਰੇ ਹੋ ਗਏ ਆ। ਅਤੇ ਮੈਂ ਫਿਰ ਮੈਨੂੰ ਯਕੀਨ ਨਹੀਂ ਆਇਆ ਪਹਿਲੇ, ਫਿਰ ਮੈਂ ਉਹਦਾ ਜਿਹੜਾ ਯਾਰ ਦੋਸਤ ਸੀਗਾ ਉਹਨੂੰ ਫੋਨ ਕੀਤਾ, ਅਤੇ ਉਹ ਵੀ ਫੋਨ ਚੱਕਦੇ ਹੀ ਰੋਣ ਲੱਗ ਪਿਆ, ਅਤੇ ਉਹਨੇ ਫਿਰ ਕੰਫਰਮ ਕੀਤਾ ਵੀ ਹਾਂਜੀ ਵੀ ਡੈਥ ਹੋ ਗਈ ਆ। ਅਤੇ ਦੈਨ ਜੀ ਮੈਂ ਰਾਈਟ ਵੇ ਮੈਂ ਅਗਲੇ ਦਿਨ ਦੀ ਟਿਕਟ ਕਰਵਾਈ ਅਤੇ ਮੈਂ ਉੱਥੇ ਪਹੁੰਚਿਆ। ਮੇਰਾ ਮਹੀਨਾ ਪਹਿਲੇ US ਦਾ ਵੀਜ਼ਾ ਲੱਗਾ ਸੀ ਵੀ ਮੈਂ ਜਾਣਾ ਸੀ ਉਹਨੂੰ ਮਿਲਣ, ਅਤੇ ਮਾਲਕ ਨੇ ਮੇਲ ਨਹੀਂ ਕਰਨ ਦਿੱਤੇ ਜੀ। ਫਿਰ ਬੜੇ ਔਖੇ ਹੋ ਗਏ ਜੀ। ਅੱਜ ਬੋੜੀ ਸਵੇਰੇ ਲਿਆਉਂਦੀ ਆ ਇੱਥੇ ਅੰਮ੍ਰਿਤਸਰ, ਉਤਰੀ ਫਲੈਟ 11:30 ਸਵੇਰੇ ਰਾਤ ਨੂੰ, ਅਤੇ ਫਿਰ ਹੁਣ ਜੀ ਸੰਸਕਾਰ ਕੀਤਾ ਜੀ। ਹੁਣ ਵਾਹਿਗੁਰੂ ਦਾ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਔਰ ਕਿਸ ਤਰ੍ਹਾਂ ਦੋਨੋਂ ਭਰਾਵਾਂ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਰਿਸ਼ਤਾ ਦਾ? ਭਾਜੀ ਉਹਦੀ ਮੈਂ ਪੋਸਟ ਪਾਈ ਵੀ ਹਾਂ ਵੀ ਬੰਦਾ ਡੈਥ ਹੋ ਗਿਆ, ਮੈਨੂੰ ਇੰਨੇ ਮੈਸੇਜ ਕਾਲ ਆਉਂਦੇ ਵੀ ਮੈਂ ਬੰਦਿਆਂ ਨੂੰ ਨਹੀਂ ਜਾਣਦਾ ਜਿੰਨੇ ਉਹਨੂੰ ਉਹ ਬੰਦੇ ਨੂੰ ਜਾਣਦੇ। ਉਹਦਾ ਸੁਭਾਅ ਵੀ ਪਿੰਡ 'ਚ ਪਤਾ, ਸਾਰਿਆਂ ਨੂੰ ਪਤਾ ਵੀ ਮਲਾਪੜਾ ਬੰਦਾ ਸੀ, ਵੀ ਕਿਸੇ ਨਾ ਕੋਈ ਖੁੰਦਕ ਨਹੀਂ, ਜਿੰਨਾ ਖੜਿਆ ਤਾਂ ਖੜਿਆ, ਵੀ ਉਹ ਨਹੀਂ ਸੀ ਵੀ ਦੋਗਲਾਪਨ ਨਹੀਂ ਸੀ ਉਸ ਬੰਦੇ 'ਚ। ਕਿਤੇ ਨਾ ਕਿਤੇ ਮਲਾਲ ਹੈ ਕਿ ਭਾਰਤ ਸਰਕਾਰ ਨੇ ਮਦਦ ਨਹੀਂ ਕੀਤੀ ਮ੍ਰਿਤਕ ਦੇਹ ਵਾਪਸ ਲਿਆਉਣ ਜੀ? ਪਹਿਲੇ ਜਦੋਂ ਮੈਂ ਉੱਥੇ ਜਾ ਕੇ ਮਦਦ ਦੀ ਗੁਹਾਰ ਲਾਈ ਅਤੇ ਉਹਨਾਂ ਨੇ ਪਹਿਲੇ ਨਹੀਂ ਗੱਲ ਸੁਣੀ ਮੇਰੀ, ਫਿਰ ਜਦੋਂ ਮੈਂ ਉਹਨੂੰ ਦੱਸਿਆ ਵੀ 9 ਸਾਲ ਹੋ ਗਏ ਵੀ ਨਾ ਮੈਂ ਦੇਖਿਆ ਅਤੇ ਨਾ ਮੇਰੇ ਘਰਦਿਆਂ ਨੇ ਦੇਖਿਆ, ਅਤੇ ਉਹਨਾਂ ਨੇ ਮੈਂ ਵਿੱਚ 2 ਕੁ ਬੰਦੇ ਹੋਰ ਪਏ ਉੱਥੇ ਮੁਸਲਮਾਨ ਬਾਈ ਸੀਗੇ, ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ, ਅਤੇ ਉਹਨਾਂ ਨੇ ਫਿਰ ਸਾਰਾ ਪ੍ਰੋਸੈਸ ਟਿਲ ਦੀ ਐਂਡ ਵੀ ਇੰਡੀਅਨ ਕੌਂਸੂਲੇਟ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਫਿਰ ਜੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ ਵੀ ਮੈਂ ਆਪਣੇ ਘਰਦਿਆਂ ਨੂੰ ਦਰਸ਼ਨ ਕਰਾ ਸਕਿਆ ਆਪਣੇ ਭਰਾ ਦੇ ਅਖੀਰਲੇ ਟਾਈਮ। ਜੀ ਤੁਹਾਨੂੰ 6 ਤਰੀਕ ਤੋਂ ਪਤਾ ਲੱਗਾ ਸੀ ਇਹਦਾ ਅਟੈਕ ਹੋ ਗਿਆ ਇਹਨੂੰ, ਅਤੇ ਉਸ ਤੋਂ ਉਪਰੰਤ ਫਿਰ ਛੋਟਾ ਬੱਚਾ ਸਾਡਾ ਕਨੇਡਾ ਸੀ ਉੱਥੇ ਚਲਾ ਗਿਆ, ਉਹਨੇ ਜਾ ਕੇ ਸਾਰਾ ਪ੍ਰਬੰਧ ਕੀਤਾ ਡੈੱਡ ਬੋਡੀ ਲਿਆਉਣ ਦਾ ਵੀ, ਅਤੇ ਰਿਸ਼ਤੇਦਾਰ ਵੀ ਹੋਰ ਸੀ ਸਾਰਿਆਂ ਨੂੰ ਇਕੱਠੇ ਕਰਕੇ ਪਿੰਡ ਨੂੰ ਲਿਆਉਣ ਵਾਸਤੇ ਉਪਰਾਲਾ ਕੀਤਾ। ਬਹੁਤ ਮਾੜੀ ਘਟਨਾ ਹੋਈ ਹੈ, ਸਾਡੇ ਪਰਿਵਾਰ 'ਚ ਬਹੁਤ ਸਿਆਣਾ ਬੱਚਾ। ਭਾਰਤ ਸਰਕਾਰ ਨੇ ਕੋਈ ਮਦਦ ਕੀਤੀ ਬੋਡੀ ਲਿਆਉਣ? ਸਰਕਾਰ ਨੇ ਮਦਦ ਕੀ ਕਰਨੀ ਹੈ ਜੀ, ਸਾਡਾ ਰਸਤਾ ਅੱਜ ਦੂਜੇ ਪਿੰਡ ਦੇ ਵਿੱਚੋਂ ਅਸੀਂ ਸੰਸਕਾਰ ਕਰਨ ਰਹੇ ਹਾਂ, ਇਦੋਂ ਮਦ ਭਾਗਿਆ ਕੀ ਹੋ ਸਕਦਾ? ਸਰਕਾਰਾਂ ਨੂੰ ਵੀ ਸਾਰਿਆਂ ਨੂੰ ਦੱਸਿਆ, DC ਨੂੰ ਵੀ ਦੱਸਿਆ, ਉਹਨਾਂ ਦੇ ਨੌਲੇਜ ਵਿੱਚ ਵੀ ਹੈ, ਪਰ ਕੋਈ ਖਿਆਲ ਨਹੀਂ ਇੱਧਰ ਸਾਡੇ ਵੱਲ ਕੀਤਾ। ਅੱਜ ਸਾਨੂੰ ਇਹਦਾ ਦੇਖੋ ਕੀ ਹਾਲ ਆ ਵੀ ਦੂਜਾ ਪਿੰਡ ਛੱਡ ਕੇ ਸਾਰੀ ਸੰਗਤ ਉੱਥੇ ਖੜ੍ਹੀ ਹੈ, ਅਸੀਂ ਇੱਥੇ ਲੈ ਕੇ ਆ ਗਏ ਹਾਂ, ਮਜਬੂਰੀ ਹੈ। ਜਲਦੀ ਤੋਂ ਜਲਦੀ ਇਹਦਾ ਖਿਆਲ ਕਰਨਾ ਚਾਹੀਦਾ ਕਿਉਂਕਿ ਦਿੱਕਤਾਂ ਆਉਂਦੀਆਂ, ਹੋਰ ਇਹ ਤਾਂ ਮੁੜ ਹੀ ਨਹੀਂ ਸਕਦੇ ਜੋ ਸਾਡੇ ਨਾਲ ਵਾਪਰ ਗਿਆ, ਇਹ ਤਾਂ ਅਕਾਲ ਪੁਰਖ ਦਾ ਸਾਰਾ ਕੁਝ ਕੀਤਾ ਹੋਇਆ। ਇਹ 10 ਕੁ ਸਾਲ ਪਹਿਲਾਂ ਗੁਰਭੇਜ ਸਿੰਘ USA ਦੀ ਧਰਤੀ 'ਤੇ ਰੋਜ਼ੀ ਰੋਟੀ ਲਈ ਗਿਆ ਸੀ। ਇਸ ਦੇ ਪਿਤਾ ਜੀ ਥਾਣੇਦਾਰ ਨੇ ਬਤੌਰ ਜਲੰਧਰ ਤੈਨਾਤ ਨੇ ਇਸ ਵੇਲੇ ਪੰਜਾਬ ਪੁਲਿਸ ਵਿੱਚ, ਬੜਾ ਹੋਣਹਾਰ ਬੱਚਾ ਸੀ ਔਰ ਡੇਲੀ ਗੱਲਬਾਤ ਇਹਨਾਂ ਦੇ ਪਰਿਵਾਰ ਨਾਲ ਹੁੰਦੀ ਸੀ। ਹੁਣ ਛੋਟੇ ਭਾਈ ਦੀ ਸ਼ਾਦੀ ਸੀ, 10ਵੇਂ ਮਹੀਨੇ ਨਾਲ ਇਕੱਠੇ ਹੋਣੇ ਸੀ ਸਾਰੇ ਪਰਿਵਾਰ ਨੇ, ਪਰ ਮਾਲਕ ਨੂੰ ਕੁਛ ਹੋਰ ਮਨਜ਼ੂਰ ਸੀ। ਕੁਛ ਦਿਨ ਪਹਿਲਾਂ ਉੱਥੇ ਦੱਸਦੇ ਆ ਵੀ ਇਹਨੂੰ ਹਾਰਟ ਅਟੈਕ ਆਇਆ ਅਤੇ ਉਸੇ ਦੌਰਾਨ ਉਹਦੀ ਫੌਰਨ ਮੌਤ ਹੋ ਗਈ, ਜਿਸ ਦੀ ਕਿ ਅੱਜ 15 ਦਿਨਾਂ ਬਾਅਦ ਡੈੱਡ ਬੋਡੀ ਨੂੰ ਪਿੰਡ ਲਿਆਂਦਾ ਗਿਆ, ਪੂਰੇ ਗੁਰ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਅਤੇ ਬਹੁਤ ਦੁਖਦਾਈ ਘਟਨਾ ਆ, ਪਰਿਵਾਰ ਨੂੰ ਇਹ ਸਿਆਣੀ ਬਹੁਤ ਔਖੀ ਆ, ਅਤੇ ਗੁੱਦਰ ਦਾ ਭਾਣਾ ਆ, ਸੂਲ ਆ, ਜੋ ਆਇਆ ਉਹਨੇ ਜਾਣਾ ਹੀ ਜਾਣਾ ਜੀ। ਅਤੇ ਬਹੁਤ ਹੋਣਹਾਰ ਬੱਚਾ ਸੀਗਾ, ਬੜਾ ਬੀਬਾ ਪਰਿਵਾਰ ਹੈ ਸਾਰਾ, ਸਾਰੇ ਤਾਲਮੇਲ ਸਾਰੇ ਇਲਾਕੇ ਨੇ ਇਹਨਾਂ ਦਾ ਹੈਗਾ, ਕੋਈ ਵੀ ਕਿਸੇ ਨੇ ਇੱਦਾਂ ਦਾ ਨਹੀਂ ਵੀ ਜੇ ਕਿਸੇ ਨਾਲ ਬੋਲਚਾਲ ਨਹੀਂ ਹੈਗਾ, ਬੜਾ ਨਿੱਘਾ ਪਰਿਵਾਰ ਆ। ਇਹ ਤਾਇਆ ਜੀ ਸਾਬਕਾ ਸਰਪੰਚ ਆ ਪਿੰਡ ਦੇ, ਸਰਦਾਰ ਸੁਖਦੇਵ ਸਿੰਘ ਹੋਣੀ, ਸਾਰਿਆਂ ਦਾ ਮੇਲ ਮਿਲਾਪ ਬਹੁਤ ਚੰਗੀ ਤਰ੍ਹਾਂ, ਪਰ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਇਹ ਸਵੇਰੇ ਕੋਈ ਕਰੀਬ 4:30 ਵਜੇ ਨਾਲ ਬੋਡੀ ਜਿਹੜੀ ਹੈ ਮੁੰਡੇ ਦੀ ਘਰ ਪਹੁੰਚੀ ਹੈ। ਸੋ ਬਹੁਤ ਦੁੱਖ ਭਰੀ ਖਬਰ ਹੈ ਇਹ, ਅਤੇ ਬਾਕੀ ਘਰ ਦੇ ਪਰਿਵਾਰ ਦੇ ਨਾਲ ਤਾਂ ਹੁਣ ਕੋਈ ਚਲੋ ਦੁੱਖ ਜਿੱਦਾਂ ਵੀ ਹੈ ਸਾਰੇ ਆਏ ਆ, ਦੁਨੀਆ ਸਾਰੀ ਪਬਲਿਕ ਆਈ ਹੈ, ਪਰ ਇੱਕ ਇਹਦੇ ਵਿੱਚ ਪ੍ਰੋਬਲਮ ਛੋਟੀ ਜਿਹੀ ਆਈ ਹੈ ਕਿ ਜਿੱਦਾਂ ਹੁਣ ਇੱਕ ਪਾਣੀ ਦਾ ਨਿਕਾਸ ਹੈ ਪਿੰਡ ਬਰਨਾਲੇ ਦਾ, ਉਹ ਇਹਨਾਂ ਦੇ ਜੋ ਪੂਰਵ ਜਿੰਨਾ ਵੀ ਪਰਿਵਾਰ ਹੈ
ਸਾਰੇ ਉਸ ਪਿੰਡ ਦੇ ਵਿੱਚ ਜਾਂਦੇ ਸੀਗੇ। ਹੁਣ ਪਾਣੀ ਦੀ ਦਿੱਕਤ ਆਉਣ ਕਾਰਨ ਇਹਨਾਂ ਨੂੰ ਪਿੰਡ ਸਿੰਘਪੁਰ ਦੇ ਵਿੱਚ ਲਿਆ ਕੇ ਮੁੰਡੇ ਨੂੰ ਦਾਗ ਦਿੱਤਾ ਗਿਆ। ਬਾਕੀ ਮੈਂ ਤਾਂ ਇਹਦੇ ਵਿੱਚ ਚਲੋ ਜੋ ਰੱਬ ਦਾ ਪਾਣਾ ਮੰਨਣਾ ਪੈਂਦਾ।